ਪਰਮ ਸਤਿਕਾਰਯੋਗ ਦੋਸਤੋ, ਇਸ ਵੇਲੇ ਅਸੀਂ ਬੈਠੇ ਹਾਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸ਼ਹਿਰ ਖੰਨਾ ਦੇ 4 ਕਿਲੋਮੀਟਰ ਨੇੜੇ ਪਿੰਡ ਕੋਟਲਾ ਅਜਨੇਰ ਦੇ ਵਿੱਚ। ਇਹਦੇ ਵਿੱਚ ਸਾਡੇ ਇੱਕ ਬਹੁਤ ਅਹਿਮ ਸ਼ਖਸੀਅਤ ਨੇ, ਸਰਦਾਰ ਮਨਜੀਤ ਸਿੰਘ ਜੀ ਢੀਂਡਸਾ, ਜੋ ਕਿ ਪਿਛਲੇ 35-40 ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਹੇ ਨੇ, ਸੋਸ਼ਲ ਵਰਕਰ ਨੇ, ਬਹੁਤ ਸ਼ਰੀਫ, ਮਿਲਣਸਾਰ ਅਤੇ ਬਹੁਤ ਦਮਦਾਰ ਸ਼ਖਸੀਅਤ ਨੇ ਸਾਡੇ ਪੂਰੇ ਇਲਾਕੇ ਖੰਨਾ ਦੀ। ਸਾਨੂੰ ਇਹਨਾਂ 'ਤੇ ਮਾਣ ਹੈ। ਅਤੇ ਇਹ ਪਿੰਡ ਦੇ ਸਰਪੰਚ ਵੀ ਰਹੇ ਨੇ, ਇਸ ਵੇਲੇ ਵੀ ਸਰਪੰਚ ਨੇ, ਅਤੇ ਸੋਸਾਇਟੀ ਦੇ ਪ੍ਰਧਾਨ ਵੀ ਰਹੇ ਨੇ, ਅਤੇ ਹੋਰ ਵੀ ਕਈ ਕੁਝ ਨੇ। ਅਤੇ ਇਹਨਾਂ ਦੀ ਜ਼ਬਾਨੀ ਸੁਣਦਿਆਂ ਅਤੇ ਇੱਕਿਆ ਇਹਨਾਂ ਦੀ ਜ਼ਿੰਦਗੀ ਦਾ ਰਾਜ਼ ਔਰ ਕਿਸ ਤਰ੍ਹਾਂ ਇਹਨਾਂ ਨੇ ਤਰੱਕੀ ਕੀਤੀ, ਜੋ ਵੀ ਗੱਲਬਾਤ ਹੈ ਇਹ ਤੁਹਾਨੂੰ ਹੁਣ ਦੱਸਣਗੇ। ਹਾਂਜੀ ਢੀਂਡਸਾ ਜੀ, ਇਹ ਦੱਸੋ ਪਹਿਲਾਂ ਵੀ ਤੁਸੀਂ ਬਚਪਨ ਕਿਵੇਂ ਗੁਜ਼ਾਰਿਆ ਅਤੇ ਕਿੱਥੇ ਗੁਜ਼ਾਰਿਆ ਅਤੇ ਕੀ ਸਾਰੀ ਗੱਲਬਾਤ? ਮੈਂ ਮਨਜੀਤ ਸਿੰਘ ਢੀਂਡਸਾ, ਸਰਪੰਚ ਪਿੰਡ ਕੋਟਲਾ ਨੇਰ। ਮੇਰਾ ਜਨਮ 10-1-67 ਨੂੰ ਪਿੰਡ ਕੋਟਲਾ ਨੇਰ ਵਿਖੇ ਹੀ ਹੋਇਆ। 9ਵੀਂ ਤੋਂ 10ਵੀਂ ਤੱਕ ਦੀ ਸਿੱਖਿਆ ਗੌਰਮੈਂਟ ਹਾਈ ਸਕੂਲ ਭੜੀ ਤੋਂ ਅਤੇ ਹਾਇਰ ਸੈਕੰਡਰੀ ਆਰੀਆ ਸਕੂਲ ਖੰਨਾ, ਫਿਰ ਕਾਲਜ ਦੀ ਸਿੱਖਿਆ ਮੈਂ AS ਕਾਲਜ ਖੰਨਾ ਤੋਂ ਹਾਸਲ ਕੀਤੀ। ਅਤੇ ਹੁਣ ਮੈਂ ਬਤੌਰ ਸਰਪੰਚ ਪਿੰਡ ਦੀ ਸੇਵਾ ਕਰ ਰਿਹਾ ਹਾਂ ਅਤੇ ਕੋਆਪਰੇਟਿਵ ਸੁਸਾਇਟੀ ਇੰਜੀਨੀਅਰ ਦਾ ਪ੍ਰਧਾਨ ਰਿਹਾ, ਡਾਇਰੈਕਟਰ ਮਾਰਕੀਟਿੰਗ ਸੁਸਾਇਟੀ ਬਸੀ ਪਠਾਣਾ, ਡਾਇਰੈਕਟਰ DCU ਸਰਹੰਦ। ਇਸ ਤਰ੍ਹਾਂ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਹੋਣ ਕਰਕੇ ਮੇਰਾ ਸਹਿਕਾਰੀ ਅਦਾਰਿਆਂ ਦੇ ਨਾਲ ਵੀ ਲਗਾ ਰਿਹਾ ਅਤੇ ਸੇਵਾ ਭਾਵਨਾ ਸ਼ੁਰੂ ਤੋਂ ਹੀ। ਸਾਡੇ ਪਿੰਡ ਦੀ ਨਾਮਵਾਰ ਸ਼ਖਸੀਅਤ ਸਰਦਾਰ ਅਮਰਜੀਤ ਸਿੰਘ ਜੀ, ਜੋ ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਨਾਲ ਬਤੌਰ PA ਕੰਮ ਕਰ ਚੁੱਕੇ ਨੇ, ਬੇਅੰਤ ਸਿੰਘ ਨਾਲ ਵੀ ਕੰਮ ਕੀਤਾ, ਉਹਨਾਂ ਤੋਂ ਪ੍ਰੇਰਿਤ ਹੋ ਕੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਾਂ। ਅਤੇ ਪਾਰਟੀ ਦੇ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਫਤਿਹਗੜ੍ਹ ਸਾਹਿਬ ਤੋਂ, ਅਤੇ ਨਵਾਜਿਆ ਪਾਰਟੀ ਨੇ, ਅਤੇ ਉਹ ਵੀ ਆਪਾਂ ਪਾਰਟੀ ਦੀ ਸੇਵਾ ਵੀ ਕਰ ਰਹੇ ਹਾਂ ਅਤੇ ਨਾਲ ਨਾਲ ਪਿੰਡ ਦੀ ਸੇਵਾ ਵੀ ਕਰ ਰਹੇ ਹਾਂ, ਪਰਮਾਤਮਾ ਦੇ ਸਹਿਯੋਗ ਨਾਲ, ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ। ਹਾਂਜੀ ਢੀਂਡਸਾ ਜੀ, ਹੁਣ ਤੁਸੀਂ ਆਪਣੇ ਬਜ਼ੁਰਗਾਂ ਬਾਰੇ ਦੱਸੋ ਅਤੇ ਇਹਨਾਂ ਦੇ ਬਜ਼ੁਰਗਾਂ ਦਾ ਨਾਂ ਔਰ ਤੁਹਾਡਾ ਸਾਰੀ ਗੱਲਬਾਤ, ਤੁਹਾਡੀ ਦੇਣ ਉਹਨਾਂ ਦੀ। ਮੇਰੇ ਪਿਤਾ ਜੀ ਦਾ ਨਾਂ ਸਰਦਾਰ ਗੁਰਮੇਲ ਸਿੰਘ ਹੈ ਜੀ, ਮਾਤਾ ਦਾ ਨਾਂ ਬਲਵੰਤ ਕੌਰ ਹੈ, ਅਤੇ ਉਹ ਵੀ ਕਾਫੀ ਮਿਹਨਤੀ ਕਿਸਮ ਦੇ ਇਨਸਾਨ ਨੇ, ਬਾਪੂ ਜੀ ਨੇ ਬਹੁਤ ਮਿਹਨਤ ਕੀਤੀ ਹੈ, ਅਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਅਤੇ ਦਰਮਿਆਨੀ ਖੇਤੀ ਤੋਂ ਲੈ ਕੇ 10 ਏਕੜ ਤੋਂ ਤਕਰੀਬਨ ਅਸੀਂ ਖੇਤੀ ਸ਼ੁਰੂ ਕੀਤੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ 40 ਕਿੱਲੇ ਤੱਕ ਖੇਤੀ ਕੀਤੀ ਹੈ ਜੀ, ਅਤੇ ਮਿਹਨਤ ਨਾਲ ਬੱਚੇ ਪੜ੍ਹਾਏ ਅਤੇ ਉਹਨਾਂ ਨੂੰ ਵਿਦੇਸ਼ ਵਿੱਚ ਸੈਟਲ ਕੀਤਾ। ਅੱਜ ਕੱਲ੍ਹ ਤੁਹਾਡੇ ਕਿੰਨੇ ਬੱਚੇ ਨੇ? 2 ਬੱਚੇ ਨੇ ਜੀ, ਦੋਨੋਂ ਵਿਦੇਸ਼ ਵਿੱਚ, ਨਿਊਜ਼ੀਲੈਂਡ ਵਿੱਚ ਸੈੱਟ ਨੇ। ਨਿਊਜ਼ੀਲੈਂਡ ਵਿੱਚ ਸੈੱਟ ਨੇ, ਅਤੇ ਵਧੀਆ ਕਾਰੋਬਾਰ ਹੈ ਪਰਮਾਤਮਾ ਦੀ ਕਿਰਪਾ। ਅੱਛਾ, ਵਿਦੇਸ਼ ਅਤੇ ਇੱਥੇ 'ਚ ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ? ਵਿਦੇਸ਼ ਦੇ ਵਿੱਚ ਜੀ ਕੰਮ ਦੀ ਕੀਮਤ ਹੈ, ਅਤੇ ਜੇ ਮੈਂ ਸਮਝੋ ਵੀ ਮੈਂ ਬੱਚਿਆਂ ਨੂੰ ਬਾਹਰ ਨਾ ਭੇਜਦਾ ਤਾਂ ਸ਼ਾਇਦ ਮੇਰੇ ਘਰ ਦੇ ਹਾਲਾਤ ਅੱਜ ਇਹ ਨਾ ਹੁੰਦੇ, ਕਿਉਂਕਿ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਬਾਹਰ ਜਾ ਕੇ। ਮੇਰੇ ਕੋਲ 10 ਏਕੜ ਜ਼ਮੀਨ ਹੈ, ਉਹਨਾਂ ਨੇ 10 ਏਕੜ ਦਾ ਫਾਰਮ ਹਾਊਸ ਖਰੀਦਿਆ ਜੀ। ਫਰਕ ਤਾਂ ਹੈਗਾ ਹੀ ਹੈ ਜੀ। ਬਹੁਤ ਬਹੁਤ ਬਹੁਤ
ਅੱਛਾ, ਕੀ ਤੁਸੀਂ ਪੰਜਾਬੀਆਂ ਦੇ ਪ੍ਰਵਾਸ ਨੂੰ ਚੰਗਾ ਸਮਝਦੇ? ਜਿਹੜਾ ਬਹੁਤ ਪ੍ਰਵਾਸ ਹੋ ਰਿਹਾ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਸਾਰੇ ਪਾਸੇ ਜਾ ਰਹੇ ਨੇ। ਦੇਖੋ ਜੀ, ਜੇ ਆਪਾਂ ਦੇਖੀਏ ਧਾਰਮਿਕ ਤੌਰ 'ਤੇ, ਧਾਰਮਿਕ ਤੌਰ 'ਤੇ ਤਾਂ ਉਹ ਆਪਣੇ ਨਾਲ ਟੁੱਟ ਰਹੇ ਨੇ ਛੋਟੇ ਕੰਟਰੀਆਂ ਦੇ ਵਿੱਚ। ਜਿਹੜੇ ਵੱਡੇ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਉੱਥੇ ਪ੍ਰਫੁੱਲਤ ਹੈ। ਅੱਛਾ, ਇੰਗਲੈਂਡ ਵਗੈਰਾ ਸਿੱਖੀ ਵੀ ਪ੍ਰਫੁੱਲਤ, ਸਿੱਖੀ ਵੀ ਪ੍ਰਫੁੱਲਤ ਹੈ। ਪਰ ਜਿਹੜੀ ਨਵੇਂ ਕੰਟਰੀ ਖੁੱਲ੍ਹੇ ਨੇ, ਉਹਨਾਂ ਦੇ ਵਿੱਚ ਜਾ ਕੇ ਕਿਸੇ ਆਪਣਾ ਧਰਮ ਨਾਲੋਂ ਤਿੜਕ ਰਹੇ ਨੇ ਲੋਕ। ਅਤੇ ਤੁਹਾਡਾ ਖਾਣ ਪੀਣ ਅੱਜ ਕੱਲ੍ਹ ਕੀ ਹੈ, ਅਤੇ ਤੁਹਾਡੇ ਵੱਡੇ ਲੋਕਾਂ ਨਾਲ ਜਿਹੜੇ ਸੰਬੰਧ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਬਿਆਨ ਕਰੋ। ਦੇਖੋ ਜੀ, ਜਦੋਂ ਆਪਾਂ ਸੋਸ਼ਲ ਲਾਈਫ ਜਿਉਂਦੇ ਹਾਂ, ਵੱਡੇ ਲੋਕਾਂ ਨਾਲ, ਵੱਡੇ ਅਫਸਰਾਂ ਨਾਲ ਸੰਬੰਧ ਬਣਨਾ ਤਾਂ ਸੁਭਾਵਿਕ ਹੈ। ਪਰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਪਰਹੇਜ਼ ਰੱਖਣਾ ਚਾਹੀਦਾ। ਲੋੜ ਤੋਂ ਵੱਧ ਖਾਣਾ ਨਹੀਂ ਚਾਹੀਦਾ, ਲੋੜ ਤੋਂ ਵੱਧ ਸੌਣਾ ਨਹੀਂ ਚਾਹੀਦਾ। ਅਤੇ ਜਿੰਨੀ ਤੁਸੀਂ ਸਵੇਰੇ ਸੈਰ ਕਰੋਗੇ, ਤੁਹਾਡੀ ਜ਼ਿੰਦਗੀ ਤੰਦਰੁਸਤ ਰਹੂਗੀ। ਕਸਰਤ ਕਰਦੇ ਰਹਿਣਾ ਚਾਹੀਦਾ, ਅਤੇ ਸਰੀਰ ਵਾਸਤੇ ਫਿੱਟ ਰਹਿੰਦਾ ਜੀ ਬੰਦਾ। ਅੱਛਾ, ਬੇਅੰਤ ਪਰਿਵਾਰ ਨਾਲ ਅਤੇ ਦੂਲੋ ਸਾਹਿਬ ਪਰਿਵਾਰ ਨਾਲ ਕੀ ਸੰਬੰਧ ਰਹੇ ਤੁਹਾਡੇ? ਬੇਅੰਤ ਪਰਿਵਾਰ ਨਾਲ ਜੀ ਮੇਰੇ ਸ਼ੁਰੂ ਤੋਂ ਹੀ ਬਾਬਾ ਅਮਰਜੀਤ ਜੀ ਕਰਕੇ, ਅਤੇ ਉਹਨਾਂ ਨਾਲ ਬਹੁਤ ਨੇੜਤਾ ਰਹੀ ਹੈ। ਤੇਜ ਪ੍ਰਕਾਸ਼ ਜੀ ਨਾਲ ਬਹੁਤ ਨੇੜਤਾ ਰਹੀ ਹੈ। ਦੂਲੋ ਸਾਹਿਬ ਸਾਡੇ MLA ਬਣ ਹੁੰਦੇ ਸੀਗੇ ਲੋਕਲ, ਉਹਨਾਂ ਨਾਲ ਵੀ ਬਹੁਤ ਪੁਰਾਣੇ ਸੰਬੰਧ ਨੇ ਜੀ, ਅਤੇ ਵਧੀਆ ਵਿਚਰਦੇ ਨੇ ਜੀ ਸਾਡੇ ਨਾਲ। ਵਾਹ। ਅੱਛਾ, ਬਾਕੀ ਸੋਸ਼ਲ ਵਰਕਰ ਤਾਂ ਤੁਸੀਂ ਪਿੰਡ ਦੇ ਸਰਪੰਚ ਹੋ, ਅਤੇ ਹੁਣ ਕਿਆ ਕਿਆ ਕੰਮ ਕੀਤਾ ਤੁਸੀਂ ਇੰਨੇ, ਅਤੇ ਹੋਰ ਕੀ ਕਰਨਾ ਚਾਹੁੰਦੇ ਹੋ? ਦੇਖੋ ਜੀ, ਪਿੰਡ ਦੇ ਵਿੱਚ ਸਟਰੀਟ ਲਾਈਟਾਂ, ਸੋਲਰ, ਅਤੇ ਆਪਣੇ ਸੀਵਰੇਜ, ਪਾਣੀ ਦਾ ਨਿਕਾਸੀ ਦਾ ਪ੍ਰਬੰਧ, ਗਲੀਆਂ ਨਾਲੀਆਂ ਦਾ ਕੰਮ, ਅਤੇ ਬਾਕੀ ਸ਼ੀਸ਼ੇ ਮੋੜਾਂ 'ਤੇ ਲਾਏ, ਅਤੇ ਹੋਰ ਜਿਵੇਂ ਜਿੰਨੇ ਵੀ ਮਤਲਬ ਗਲੀਆਂ ਨਾਲੀਆਂ ਦਾ ਸਾਰਾ ਕੰਮ, ਸ਼ਮਸ਼ਾਨ ਘਾਟ ਦਾ, ਅਤੇ ਬਾਕੀ ਤੁਸੀਂ ਪਿੰਡ ਦੀ ਲੁੱਕ ਤੁਸੀਂ ਦੇਖ ਹੀ ਸਕਦੇ ਹੋ, ਬਹੁਤ ਸ਼ਾਨਦਾਰ। ਖਾਸ ਕਰਕੇ ਮਿਡਲ ਸਕੂਲ ਦੀ ਬਾਉਂਡਰੀ ਵਾਲ ਦੇਖੋ, ਅਤੇ ਦਰਵਾਜ਼ੇ ਦਾ ਕੰਮ ਕਰਵਾਇਆ ਜੀ, ਅਤੇ ਇਸ ਤਰ੍ਹਾਂ ਜੋ ਵੀ ਸਾਡੇ ਮੂਹਰੇ ਕੋਈ ਸਮੱਸਿਆ ਆਉਂਦੀ ਹੈ, ਪਾਣੀ ਦੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਵੀ ਕਿਸਮ ਦੀ, ਅਸੀਂ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਦੇ ਹਾਂ ਜੀ। ਹਾਂ, ਤੁਸੀਂ ਸ਼ੌਕ ਕੀ ਰੱਖਦੇ ਹੋ ਤੁਸੀਂ, ਜਿਹਦੇ 'ਚ ਪਸ਼ੂ ਪੰਛੀ ਹੋ ਗਏ ਜਾਂ ਗੱਡੀ? ਨਹੀਂ, ਸ਼ੌਕ ਜੀ ਮੈਂ ਪਸ਼ੂ ਪਾਲਣ ਬਹੁਤ ਕੀਤਾ। ਅੱਛਾ, ਅਤੇ ਹੁਣ ਸਿਰਫ ਮੈਂ 3 ਸਾਲ ਤੋਂ, ਮਤਲਬ 3 ਸਾਲ ਤੋਂ ਮੈਂ ਖੇਤੀ ਛੱਡੀ ਹੈ ਜੀ। ਪਸ਼ੂ ਦਾ, ਡੇਅਰੀ ਦਾ ਕੰਮ ਮੈਂ ਬਹੁਤ ਕੀਤਾ ਜੀ। ਵਾਜੀ, ਹਾਂਜੀ, ਜਿੰਨਾ ਚਿਰ ਕੀਤਾ। ਤੁਹਾਡੇ ਸ਼ਾਗਿਰਦਾਂ 'ਚ ਕੋਈ ਵਰਣਨ ਯੋਗ ਨਾਂ ਕਿਹੜੇ ਕਿਹੜੇ ਨੇ ਪਿੰਡ ਦੇ, 5-7 ਬੰਦਿਆਂ ਦੇ ਨਾਂ ਦੱਸੋ? ਨਹੀਂ, ਪਿੰਡ ਦੇ ਵਿੱਚ ਆਪਣੇ ਸ਼ਾਗਿਰਦ ਨੇ, ਆਪਣੇ ਤਾਲਮੇਲ ਜਿੱਦਾਂ ਸਾਥੀ ਨੇ, ਸਾਥੀ ਨੇ ਜੀ। ਤਰਨਵੀਰ ਪੰਚ ਹੋ ਗਿਆ ਜੀ, ਅਮਰਜੀਤ ਹੋ ਗਿਆ ਜੀ, ਅਤੇ ਦੂਜਾ ਪਿਰਥੀ ਹੋ ਗਿਆ ਜੀ, ਅਤੇ ਸੱਜਣ ਸਿੰਘ ਚੌਂਕੀਦਾਰ ਹੈ ਸਾਡਾ। ਅੱਛਾ, ਅਤੇ ਹੋਰ ਮਹਿੰਦਰ ਸਿੰਘ ਫੌਜੀ ਪੰਚ ਨੇ, ਗੁਰਚਰਨ ਸਿੰਘ ਆੜ੍ਹਤੀ ਆ। ਬਹੁਤ ਸਹਿਯੋਗ ਹੈ, ਬਹੁਤ ਸਹਿਯੋਗ ਹੈ ਜੀ। ਵੈਰੀ ਗੁੱਡ, ਇੱਥੋਂ ਤੱਕ ਸਾਬਕਾ ਸਰਪੰਚ ਦਵਿੰਦਰ ਸਿੰਘ ਉਹਨਾਂ ਦਾ, ਅਤੇ ਉਹਨਾਂ ਨਾਲ ਵੀ ਸਾਡਾ ਤਾਲਮੇਲ ਬਣਿਆ ਰਹਿੰਦਾ। ਹਾਂ ਹਾਂ, ਹਰ ਇੱਕ ਕੰਮ ਦੇ ਵਿੱਚ ਸਲਾਹ ਲਈ ਦੀ ਹੈ। ਅੱਛਾ, ਬਿਲਕੁਲ ਜੀ, ਰਲ ਮਿਲ ਕੇ ਕੰਮ ਕਰੀਦਾ, ਰਲ ਮਿਲ ਕੇ ਕੰਮ ਕਰ। ਹਾਂਜੀ, ਚਾਹੇ ਸੁਸਾਇਟੀ ਦੇ ਤੁਸੀਂ 2 ਵਾਰੀ ਪ੍ਰਧਾਨ ਰਹੇ ਹੋ, ਉਹਦੇ ਬਾਰੇ ਕੁਛ ਗੱਲਾਂ ਬਾਤਾਂ? ਸੁਸਾਇਟੀ ਦੇ ਵਿੱਚ ਜਦੋਂ ਸਾਡੀ ਪਹਿਲੀ ਟਰਮ ਹੋਈ ਜੀ, ਉੱਥੇ ਅਸੀਂ ਆਪਣੇ ਇੰਪਲੀਮੈਂਟ, ਟਰੈਕਟਰ, ਲੇਜਰ ਲੇਬਲਰ, ਅੱਛਾ, ਅਤੇ ਆਪਣਾ ਰੋਟਾਵੇਟਰ, ਆਪਣੀ
ਬਿਜਾਈ ਵਾਲੀ ਮਸ਼ੀਨ, ਖੇਤੀ ਦੇ ਸੰਦ ਸਾਰੇ ਬਣਾਏ ਜੀ, ਸਾਰੇ ਲੈਂਦੇ। ਹੁਣ ਦੂਜੀ ਟਰਮ ਦੇ ਵਿੱਚ ਵੀ ਕਾਫੀ ਸੰਦ ਆਪਾਂ ਨੇ ਉਹਦੇ ਵਿੱਚ ਸੋਸਾਇਟੀ ਵਿੱਚ ਇੰਪਲੀਮੈਂਟ ਕੀਤੇ ਨੇ ਜੀ। ਬਾਹਰਲੇ ਪਿੰਡਾਂ ਨੂੰ ਵੀ ਦਿੰਦੇ ਹੋ? ਬਾਹਰਲੇ ਪਿੰਡਾਂ ਨੂੰ ਵੀ ਦਿੰਦੇ ਹੋ? ਜਿਹੜਾ ਮਰਜ਼ੀ ਲੈ ਜਾਵੇ? ਜਿਹੜਾ ਮਰਜ਼ੀ ਲੈ ਜੀ। ਅੱਛਾ ਅੱਛਾ, ਉਹਦਾ ਕਿਰਾਇਆ ਫਿਕਸ ਕੀਤਾ ਹੋਇਆ। ਠੀਕ ਹੈ ਠੀਕ, ਹਾਂਜੀ ਠੀਕ ਹੈ। ਬਾਕੀ ਤੁਸੀਂ ਪੰਜਾਬ ਦਾ ਭਵਿੱਖ ਕਿਵੇਂ ਦੇਖਦੇ ਹੋ ਜਿਵੇਂ ਨਸ਼ਿਆਂ ਦੀ ਗੱਲ ਚੱਲਦੀ ਹੈ? ਨਸ਼ਿਆਂ ਦੀ ਗੱਲ ਜੀ, ਸਰਕਾਰਾਂ ਸੁਹਿਰਦ ਹੋਣ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਸਰਕਾਰਾਂ ਦੀ ਢਿੱਲ ਹੀ ਅੱਛਾ ਨਸ਼ੇ ਵਧਣ ਦਾ ਕਾਰਨ ਹੈ। ਅੱਛਾ ਅੱਛਾ, ਬਿਲਕੁਲ। ਜੇ ਆਪਾਂ ਸਖਤੀ ਨਾਲ ਕੰਮ ਕਰੀਏ ਤੇ ਹਰ ਇੱਕ ਕੰਮ ਤੇ ਠੱਲ ਪਾਈ ਜਾ ਸਕਦੀ ਹੈ। ਵੱਡੇ ਵੱਡੇ ਲੋਕਾਂ ਨਾਲ ਤੁਹਾਡੇ ਸੰਬੰਧ ਰਹੇ ਨੇ, ਕੋਈ ਯਾਦਗਾਰੀ ਗੱਲਾਂ ਬਾਤਾਂ ਘਟਨਾਵਾਂ ਥੋੜੀ ਹੋਣਗੀਆਂ ਤੁਹਾਡੇ? ਦੇਖੋ ਜੀ, ਜਿਹੜਾ ਸਾਡਾ ਸੰਬੰਧ ਜ਼ਿਆਦਾ ਤਾਂ ਸਰਦਾਰ ਅਮਰਜੀਤ ਸਿੰਘ ਨਾਲ ਰਿਹਾ। ਉਹ ਬਤੌਰ ਪੀਏ ਕੰਮ ਕਰਦੇ ਰਹੇ ਨੇ ਸਰਦਾਰ ਤੇਜ ਪ੍ਰਕਾਸ਼ ਜੀ ਨਾਲ, ਬੇਅੰਤ ਸਿੰਘ ਜੀ ਨਾਲ, ਤੇ ਉਹਨਾਂ ਦੇ ਨਾਲ ਸਾਨੂੰ ਪਿੰਡ ਦੇ ਵਿੱਚ ਫੰਡਾਂ ਦੀ ਜਾਂ ਸਰਕਾਰੀ ਕੰਮਾਂ ਦੀ ਕੋਈ ਦਿੱਕਤ ਨਹੀਂ ਸੀ ਆਉਂਦੀ। ਤੇ ਬਸ ਕੰਮ ਤਾਂ ਆਪਣੇ ਆਪ ਹੀ ਹੋ ਜਾਂਦੇ ਸੀਗੇ, ਇੱਕ ਵਾਰ ਬੇਨਤੀ ਕਰਨ ਦੀ ਲੋੜ ਹੁੰਦੀ ਸੀ। ਵਾਜੀ ਅੱਛਾ, ਬਾਕੀ ਖੇਡਾਂ ਬਾਰੇ ਕੀ ਖਿਆਲ ਆ ਤੁਹਾਡਾ? ਖੇਡਾਂ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਜੀ ਸਰਕਾਰ ਨੂੰ। ਹੁਣ ਜਿਵੇਂ ਧਿਆਨ ਦਾ, ਸਰਕਾਰ ਦਾ ਧਿਆਨ ਆਇਆ ਸਟੇਡੀਅਮਾਂ ਵੱਲ, ਕੰਮ ਚੱਲ ਰਹੇ ਨੇ, ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਫੰਡਾਂ ਦੀ ਬਹੁਤ ਲੋੜ ਹੈ ਜੀ। ਜਿਵੇਂ ਆਪਾਂ ਦੇਖਦੇ ਹਾਂ ਅਕੈਡਮੀਆਂ 'ਚ ਅਕੈਡਮੀਆਂ ਖੁੱਲ੍ਹ ਜਾਂਦੀਆਂ ਨੇ, ਪਰ ਜਿਹੜਾ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਹੈ ਉਹ ਖਿਡਾਰੀਆਂ ਨੂੰ ਪੱਲਿਓਂ ਹੀ ਕਰਨਾ ਪੈਂਦਾ ਹੈ। ਅੱਛਾ, ਉਹਦੇ ਵਾਸਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਪਿੰਡ ਪੱਧਰ 'ਤੇ ਵੀ? ਪਿੰਡ ਪੱਧਰ 'ਤੇ ਵੀ ਜੀ, ਜੇ ਕੋਈ ਕਰਦਾ ਗੇਮ ਕਰਦਾ ਤਾਂ ਆਪਣੇ ਖਰਚੇ 'ਤੇ ਕਰਦਾ ਜੀ, ਜਿਹਨੂੰ ਸਰਕਾਰ ਵੱਲੋਂ ਕੋਈ ਜ਼ਿਆਦਾ ਸਹੂਲਤ ਮੁਹੱਈਆ ਨਹੀਂ ਕੀਤੀ ਜਾਂਦੀ, ਜਿਵੇਂ ਕਿ ਹਰਿਆਣਾ ਸਰਕਾਰ ਕਰ ਰਹੀ ਹੈ। ਅੱਛਾ, ਹਰਿਆਣਾ ਸਰਕਾਰ ਨੌਕਰੀਆਂ ਵੀ ਦੇ ਰਹੀ ਹੈ, ਖੁਰਾਕ ਵੀ ਦੇ ਰਹੀ ਹੈ, ਉੱਥੋਂ ਵੱਡੇ ਵੱਡੇ ਭਲਵਾਨ ਪੈਦਾ ਹੋ ਰਹੇ ਨੇ, ਅਥਲੀਟ ਪੈਦਾ ਹੋ ਰਹੇ ਨੇ ਜੀ, ਹਰਿਆਣਾ ਦਾ ਨਾਂ ਚਮਕਾਇਆ ਹੋਇਆ ਉਹਨਾਂ ਨੇ। ਸਰਕਾਰ ਉਹਨਾਂ ਨੂੰ ਸਹੂਲਤਾਂ ਵੀ ਦਿੰਦੀ ਹੈ, ਨੌਕਰੀਆਂ ਵੀ ਦਿੰਦੀ ਹੈ, ਪਰ ਇਸ ਪਿੱਛੋਂ ਆਪਣੀ ਪੰਜਾਬ ਸਰਕਾਰ ਪਿੱਛੇ ਆ। ਅੱਛਾ ਜੀ, ਪ੍ਰਧਾਨ ਜੀ, ਅਸੀਂ ਜਿਹੜੇ ਹੁਣ ਸੋਫਿਆਂ 'ਤੇ ਬੈਠੇ ਹਾਂ, 4 ਲੱਖ ਦੇ ਸੋਫੇ ਨੇ, ਸਾਨੂੰ ਬੜਾ ਮਾਣ ਆ, ਅਸੀਂ 4 ਲੱਖ ਦੇ ਸੋਫਿਆਂ 'ਤੇ ਬੈਠੇ ਹਾਂ, ਅਤੇ ਮੈਨੂੰ ਲੱਗਦਾ ਇੱਦਾਂ ਪਹਿਲੀ ਵਾਰੀ ਕਿਸੇ ਪਿੰਡ 'ਚ ਹੋਇਆ ਹੋਵੇ। ਅਤੇ ਇਹ ਲਿਆਂਦੇ ਕਿੱਥੋਂ ਨੇ, ਇਹ ਕੋਠੀ ਦਾ ਸਮਾਨ ਕਿੱਥੋਂ ਕਿੱਥੋਂ ਲਿਆਂਦਾ? ਦੇਖੋ ਜੀ, ਗੱਲ ਇਹ ਹੈ, ਪਰਮਾਤਮਾ ਦੀ ਕਿਰਪਾ ਤੁਹਾਨੂੰ ਦੱਸਿਆ, ਬੱਚੇ ਬਾਹਰ ਸੈਟ ਨੇ, ਇਹ ਚੰਡੀਗੜ੍ਹ ਤੋਂ ਮਾਡਰਨ ਫਰਨੀਚਰ ਤੋਂ ਲਿਆਂਦੇ ਨੇ। ਅੱਛਾ ਜੀ ਜੀ, ਠੀਕ ਠੀਕ ਠੀਕ, ਇਹ ਵੀ ਵਿੱਚ ਟੇਬਲ ਵੀ ਬੱਚੇ, ਠੀਕ ਠੀਕ ਠੀਕ। ਅਤੇ ਬਾਕੀ ਤੁਸੀਂ ਉਹ ਦੱਸ ਰਹੇ ਸੀਗੇ ਕੀ ਲਗਵਾ ਰਹੇ ਹੋ ਤੁਸੀਂ, ਤੁਸੀਂ ਕਿਹੜੇ ਕਿਹੜੇ ਜਗ੍ਹਾ ਘੁੰਮੇ ਹੋ ਹੁਣ ਤੱਕ, ਇਹ ਦੱਸ ਦਿਓ ਜਰਾ। ਨਿਊਜ਼ੀਲੈਂਡ ਘੁੰਮੇ ਹੋ? ਕੀ ਨਿਊਜ਼ੀਲੈਂਡ ਵੀ ਘੁੰਮਿਆ ਜੀ ਮੈਂ। ਹਾਂਜੀ, 2009 ਦੇ ਵਿੱਚ ਮੈਂ ਨਿਊਜ਼ੀਲੈਂਡ ਗਿਆ ਸੀਗਾ। ਹਾਂਜੀ, ਅਤੇ ਮੈਂ ਬੰਗਲੌਰ ਗਿਆ, ਮੈਂ ਗੋਆ ਘੁੰਮ ਕੇ ਦੇਖਿਆ ਜੀ, ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਹੈ ਜੀ। ਵਾਜੀ ਵਾਜੀ, ਕੋਈ ਗੱਲ। ਬਾਕੀ ਤੁਸੀਂ ਇੰਡੀਆ ਦੇ ਵਿੱਚ ਹੋਰ ਕਿੱਥੇ ਘੁੰਮੇ ਹੋ? ਹੋਰ ਜੀ, ਕੁੱਲੂ ਮਨਾਲੀ, ਤੁਹਾਨੂੰ ਦਰਬਾਰ ਸਾਹਿਬ ਦੋਹਾਂ ਜਾਂਦੇ ਰਹੇ ਨੇ, ਜੇ ਮੈਂ ਤੁਹਾਨੂੰ ਦੱਸਿਆ ਗੋਆ, ਬੈਂਗਲੌਰ। ਅੱਛਾ, ਹਾਂਜੀ, ਹੇਮਕੁੰਟ ਸਾਹਿਬ ਸਾਰੇ ਘੁੰਮੇ। ਤੁਹਾਨੂੰ ਲੱਗਦਾ ਨਹੀਂ ਵੀ ਸਾਡਾ ਦੇਸ਼ ਵੀ ਬਾਹਰਲੇ ਦੇਸ਼ਾਂ ਵਰਗਾ ਹੀ ਹੈ ਜੇ ਅਸੀਂ ਦੂਰ ਦੂਰ ਤੱਕ ਘੁੰਮ ਕੇ ਦੇਖਦੇ ਹਾਂ? ਦੇਖੋ ਜੀ, ਤੁਹਾਨੂੰ ਜੇ ਮੈਂ ਸਹੀ ਗੱਲ ਦੱਸਾਂ, ਇੰਡੀਆ ਐਡਾ ਵੱਡਾ ਦੇਸ਼ ਹੈ ਜਿਹਨੂੰ ਘੁੰਮਿਆ ਹੀ ਨਹੀਂ ਜਾ ਸਕਦਾ। ਅੱਛਾ, ਤੁਸੀਂ ਜੇ ਪ੍ਰੋਪਰ ਤਰੀਕੇ ਨਾਲ ਘੁੰਮ ਕੇ ਦੇਖੋ, ਦੇਖਣ ਵਾਲੀਆਂ ਬਹੁਤ ਚੀਜ਼ਾਂ ਨੇ ਇੱਥੇ, ਪਰ ਆਪਾਂ ਆਪਣੇ ਦੇਸ਼ ਵਿੱਚ ਇਹ ਘੁੰਮ ਕੇ ਨਹੀਂ ਦੇਖ ਸਕਦੇ, ਆਪਾਂ ਬਾਹਰਲੇ ਦੇਸ਼ਾਂ ਨੂੰ ਜਾਣਾ ਪਸੰਦ ਕਰਦੇ। ਲੋਕ ਇੱਥੇ ਘੁੰਮਣ ਆਉਂਦੇ ਨੇ, ਆਪਾਂ ਬਾਹਰ ਘੁੰਮਣ ਜਾਂਦੇ ਹਾਂ।
ਬਿਲਕੁਲ ਬਿਲਕੁਲ ਬਿਲਕੁਲ। ਬਾਕੀ ਕਿਹੜੇ ਕਿਹੜੇ ਤੁਹਾਡੇ ਦੋਸਤ ਬਣੇ ਇੱਦਾਂ ਘੁੰਮ ਫਿਰ ਕੇ ਜਾਂ ਹੋਰ ਅੱਛੇ ਦੋਸਤਾਂ ਦੇ ਨਾਂ ਲਓ ਤੁਸੀਂ ਦੋ ਚਾਰ ਦੇ? ਨਹੀਂ, ਅੱਛੇ ਦੋਸਤ ਤਾਂ ਤਕਰੀਬਨ ਸਾਰੇ ਹੀ ਨੇ, ਸਾਰੇ ਜਿਹੜੇ ਹੁਣ ਕਿਹਦਾ ਕਿਹਦੇ ਨਾਲ ਕਿਹਦਾ ਕਿਹਦਾ ਨਾਲ, ਜਿਹੜੇ ਜਿਹੜੇ ਕਾਲਜ ਟਾਈਮ ਤੋਂ ਹੁਣ ਤੱਕ ਵਰਤਦੇ ਆ ਰਹੇ ਨੇ ਉਹ ਸਾਰੇ ਅੱਛੇ ਹੀ ਨੇ ਜੀ। ਨਹੀਂ ਤਾਂ 5-7 ਸਾਲ ਬਾਅਦ ਬੰਦਾ ਵਿਛੜ ਜਾਂਦਾ। ਵਿਚਰੇ ਹੋ, ਕੋਈ ਤੁਹਾਡਾ ਐਸੀ ਗੱਲ ਹੋਵੇ ਜਿਹੜੀ ਤੁਸੀਂ ਨਾ ਕੀਤੀ ਹੋਵੇ, ਕਰਨਾ ਚਾਹੁੰਦੇ ਹੋ ਵੱਡੀ ਕੋਈ ਗੱਲ, ਵੱਡਾ ਕੰਮ ਜਾਂ ਵੱਡਾ? ਇਹੋ ਜਿਹੀ ਕੋਈ ਗੱਲ ਨਹੀਂ। ਅੱਛਾ, ਸੰਤੁਸ਼ਟ? ਸੰਤੁਸ਼ਟ ਹਾਂ ਜੀ, ਜ਼ਿੰਦਗੀ ਪੂਰਾ ਆਨੰਦ ਹੈ, ਪੂਰਾ ਆਨੰਦ ਹੈ। ਹਾਂਜੀ ਢਿੰਡਸਰ ਜੀ, GAP ਬਾਰੇ ਕੀ ਕਹਿਣਾ ਚਾਹੋਗੇ ਜੋ ਬਸੀ ਦੇ MLA ਸਾਹਿਬ ਨੇ, ਜਿਹੜੇ ਸਾਡੇ ਸਾਬਕਾ ਵਿਧਾਇਕ ਨੇ ਜੀ? ਹਾਂਜੀ ਹਾਂਜੀ, ਸਾਬਕਾ ਵਿਧਾਇਕ ਸਾਡੇ ਬੜੇ ਹਸਮੁੱਖ ਸੁਭਾਅ ਦੇ ਨੇ ਜੀ। ਹਾਂਜੀ, ਹੁਣ ਬੜੇ ਵੀ ਚੰਗੇ ਨੇ, ਕੋਈ ਵਧੀਆ ਨੇ, ਪਰ ਉਹਨਾਂ ਦੇ ਨਾਲ ਸਾਨੂੰ ਵਿਚਰਨ ਦਾ ਜ਼ਿਆਦਾ ਸਮਾਂ ਮਿਲਿਆ। ਕਿਉਂ, ਇਹਨਾਂ ਦਾ ਚੁਣਿਆ ਨੂੰ 2 ਸਾਲ ਹੋਏ ਨੇ, ਉਹਨਾਂ ਨਾਲ ਅਸੀਂ ਕਾਫੀ ਸਮਾਂ ਬਿਤਾਇਆ। ਸੁਭਾਅ ਪੱਖੋਂ ਬਹੁਤ ਵਧੀਆ ਨੇ, ਦੋਨੋਂ MLA ਠੀਕ ਨੇ ਜੀ। ਪਰ ਸਾਡਾ ਜ਼ਿਆਦਾ ਨੇੜਤਾ GP ਸਾਹਿਬ ਨਾਲ ਰਹੀ ਹੈ, ਪਾਰਟੀ ਪੱਧਰ 'ਤੇ ਲੈ ਲਓ, ਅਤੇ ਸੁਭਾਅ ਪੱਖੋਂ ਬਹੁਤ ਵਧੀਆ ਨੇ, ਬਹੁਤ ਮਿਲਣਸਾਰ ਨੇ ਜੀ, ਹਰ ਇੱਕ ਬੰਦੇ ਦੇ ਕੰਮ ਆਉਂਦੇ ਨੇ ਦੁੱਖ ਸੁੱਖ 'ਚ। ਬਸ ਠੀਕ ਨੇ, ਇਹ ਵੀ ਠੀਕ ਨੇ, ਆਪਣੇ ਰਵਿੰਦਰ ਸਿੰਘ ਹੈਪੀ ਵੀ ਠੀਕ ਨੇ, ਪਰ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ। ਲੰਬੇ ਸਮੇਂ 'ਚ ਬੜੀਆਂ ਆਸਾਂ ਨੇ। ਹਾਂਜੀ ਹਾਂਜੀ ਹਾਂਜੀ, ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਆਸਾਂ ਨੇ, ਇਹ ਵੀ ਸਾਡੇ ਪਿੰਡ ਦੇ ਹੋਰ ਵਿਕਾਸ ਦੇ ਕੰਮ ਜਿਹੜੇ ਰਹਿੰਦੇ ਨੇ ਉਹ ਪੂਰੇ ਕਰਾਉਣਗੇ। ਬਹੁਤ ਵਧੀਆ ਗੱਲ ਹੈ ਜੀ, ਹਰ ਵੇਲੇ ਵਿਕਾਸ ਬਾਰੇ ਸੋਚਦੇ ਨੇ ਮਨਜੀਤ ਸਿੰਘ ਜੀ, ਆਪਣੇ ਪਿੰਡ ਦੇ ਵਿਕਾਸ ਬਾਰੇ। ਹਾਂਜੀ, ਇਹ ਸਨ ਸਾਡੇ ਨਾਲ ਸਰਦਾਰ ਮਨਜੀਤ ਸਿੰਘ ਜੀ ਢੀਂਡਸਾ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਅੱਛੀਆਂ ਅੱਛੀਆਂ ਗੱਲਾਂ ਦੱਸੀਆਂ, ਔਰ ਇਹ ਗੱਲਾਂ ਤੁਹਾਡੇ ਕੰਮ ਦੀਆਂ ਵੀ ਹੋਣਗੀਆਂ। ਅਤੇ ਕਿਸੇ ਸ਼ਾਇਰ ਨੇ ਕਿਹਾ, ਜੋ ਹਿੰਮਤ ਵਾਲੇ ਬੰਦੇ ਨੇ ਤਕਦੀਰ ਉਹਨਾਂ ਦੀ ਦਾਸੀ ਹੈ, ਕਿਸਮਤ ਨੂੰ ਝੂਰਦੇ ਰਹਿੰਦੇ ਨੇ ਜੋ ਮਰਦ ਨਕਾਰੇ ਹੁੰਦੇ ਨੇ, ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ ਖਲੋਵੇ, ਸੁੱਕਾ ਤੀਲਾ ਫੁੱਲ ਬਣ ਗੁਲਦਸਤਾ ਹੋਵੇ। ਇਹੋ ਜਿਹਾ ਗੁਲਦਸਤਾ ਇਹਨਾਂ ਨੇ ਪਿੰਡ ਕੋਟਲਾ ਅਜਨੇਰ 'ਚ ਰਹਿ ਕੇ ਪੇਸ਼ ਕੀਤਾ, ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪੂਰਾ ਇਲਾਕਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।